सवाल यही है कि तुसी लाड़ा बने हो कि लाड़ा बने हो अज ये मोदी दे मोदी दी जड़ी है कुड़ी कंगना बनाई जड़ी ओदा ही ਇਹ ਕੰਗਣਾ ਦਿਓ ਹਾਂਜੀ ਅਰਾਜ ਕਿੱਥੇ ਲੈ ਕੇ ਚੱਲੇ ਮੋਦੀ ਦੇ ਘਰੇ ਹੀ ਮੋਦੀ ਦੇ ਘਰ ਤੱਕ ਜਾਵਾਂਗੇ ਜੀ ਜੇ ਮੋਦੀ ਘਰ ਤੱਕ ਜਾਓਗੇ ਜੀ ਦੱਸੇ ਪੁਲਿਸ ਵਾਲਾਂ ਰੋਕਿਆ ਕੋਈ ਚੱਕਰ ਨਹੀਂ ਪੁਲਿਸ ਵਾਲੇ ਵੀ ਸਾਡੇ ਆਪ ਤੇ ਹੀ ਹੈ ਜੀ ਉਹ ਵੀ ਤਾਂ ਅਕਸਰ ਜੇ ਮੰਨਿਆ ਜਾਵੇ ਕਾਨੂੰਨ ਤਾਂ ਉਹਨਾਂ ਤੇ ਵੀ ਲਾਗੂ ਹੋਈ ਆ ਪਰ ਲੱਗਦਾ ਜਿਸ ਕੰਮ ਦੀ ਸਹਾਇਤਾ ਬੰਨੇ ਅੱਜ ਤੁਹਾਡੀ ਇਹ ਗੱਲ ਕੇਂਦਰ ਤੱਕ ਪਹੁੰਚੇਗੀ ਪਹੁੰਚਣੀ ਚਾਹੀਦੀ ਹੈ ਜੀ ਸਰਕਾਰ ਨੂੰ ਮੰਨਣਾ ਪਊਗਾ ਕੋਈ 100-50 ਨਹੀਂਗਾ ਲੱਖਾਂ ਦਾ ਘਾਟਾ ਜੀ ਕਿੰਨੇ ਬਰਾਤੀ ਨਾਲ ਆਏ ਨੇ ਪਿੱਛੇ ਹੋਏਗਾ ਕੋਈ 3-4 ਲੱਖ ਹੈਗਾ ਨੈਸ਼ਨਲ ਮੀਡੀਆ ਖਬਰਾਂ ਦਿਖਾ ਰਿਹਾ ਕਿ ਜਿਹੜੇ ਕਿਸਾਨ ਉਸ ਨੱਚੀ ਜਾਂਦੇ ਨੇ ਵੀ ਨੱਚ ਕੇ ਵੀ ਕੋਈ ਵਿਰੋਧ ਕਰਦਾ ਨਹੀਂ ਹੋਰ ਅਸੀਂ ਰੋਣ ਬੈ ਜੀ ਇੱਕ ਸਾਡੇ ਦਾ ਜਿਹੜਾ ਸੰਘਰਸ਼ ਸੀਗਾ ਸਾਡੇ ਖਾਲਸਾ ਸੰਘਰਸ਼ ਹੈ ਤਾਂ ਘੋੜਿਆਂ ਦੀਆਂ ਕਾਠੀਆਂ ਤੇ ਬਹਿ ਕੇ ਆਪਦਾ ਨਹਿਰਾਂ ਦੇ ਵਿੱਚ ਡੁੱਬਕੀਆਂ ਲਾ ਕੇ ਅਸੀਂ ਆਪਦਾ ਤਿਆਰ ਸ਼ਹਿਰ ਹੋ ਜੀਦਾ ਸੀਗਾ ਤਾਂ ਲੱਗਦਾ ਕਿ ਜੋ ਨੈਸ਼ਨਲ ਮੀਡੀਆ ਇੱਕ ਛਵੀ ਦਿਖਾ ਰਿਹਾ ਇਹ ਛਵੀ ਵੀ ਖਰਾਬ ਹੋਏਗੀ ਜਾ ਕੇ ਪੰਜਾਬੀਆਂ ਦੀ ਦੇਖੋ ਵੀ ਬਰਾਤ ਵੀ ਕੱਢ ਰਹੇ ਨੇ ਜਾ ਕੇ ਭੰਗੜੇ ਵੀ ਪਾ ਦੇਣੇ ਜਾਗੋ ਵੀ ਕੱਢ ਰਹੇ ਨੇ ਜਿਵੇਂ ਕਿ ਪੂਰਾ ਵਿਆਹ ਦਾ ਪ੍ਰਬੰਧ ਕੀਤਾ ਆ ਹਾਂਜੀ ਇਹ ਜਿਹੜਾ ਨੈਸ਼ਨਲ ਮੀਡੀਆ ਜਿਹੜੀ ਤੁਸੀਂ ਗੱਲ ਕਰਦੇ ਗੋਦੀ ਮੀਡੀਆ ਮੋਦੀ ਦੇ ਖਰੀਦੇ ਹੋਏ ਆ ਜੀ ਇੱਥੇ ਬਹਿ ਕੇ ਜਾਪ ਵੀ ਚੱਲਦਾ ਸਵੇਰੇ ਇੱਥੇ ਆਪਣਾ ਪਾਠ ਵੀ ਚੱਲਦਾ ਸਾਰਾ ਦਿਨ ਕੀਰਤਨ ਚੱਲਦਾ ਵਾ ਉਹ ਚੀਜ਼ ਨਹੀਂ ਵਿਖਾਉਣਗੇ ਇਹ ਤੇ ਪਰ ਫਿਰ ਅਸੀਂ ਕਿਹਾ ਵੀ ਸ਼ਾਇਦ ਵੀ ਇਹ ਸਾਡਾ ਤਰੀਕਾ ਵਿਖਾ ਦੇਣ ਵੀ ਲੋਕਾਂ ਤੱਕ ਸਾਡਾ ਮੈਸੇਜ ਪਹੁੰਚ ਜਾਵੇ ਤੁਸੀਂ ਉਹਨਾਂ ਸਿਆਦਾ ਬਣ ਕੇ ਆਏ ਕਦੇ ਪਤਾ ਤੁਹਾਡੇ ਸਿਆਦਾ ਬਣ ਕੇ ਜਾ ਦੇਵਾਂ ਅੱਗੇ ਹਾਂਜੀ ਹਾਂਜੀ ਬਿਲਕੁਲ ਜੀ ਜਨੇ ਫਿਰ ਕਹਿ ਵੀ ਸਿਆਦਾ ਬਣ ਲਓ ਹਾਂਜੀ ਹਾਂਜੀ ਪਰਿਵਾਰਾਂ ਦੇ ਪਰਿਵਾਰ ਇੱਥੇ ਨੇ ਹੀ ਸਾਡੇ ਜਿੱਤ ਹੋਏਗੀ ਇੱਥੇ ਕਿਸਾਨਾਂ ਦੀ ਜਿੱਤ ਪੱਕੀ ਆ ਜੀ ਲੈ ਕੇ ਦਿੰਨੇ ਜਿੱਤ ਪੱਕੀ ਆ ਜਦੋਂ ਮਰਜੀ ਦੇਖ ਲਿਓ 6-6 ਸਾਲਾਂ ਦੇ 9-9 ਸਾਲਾਂ ਦੇ ਸਹਿਬਜ਼ਾਦੇ ਠੰਡੇ ਬੁਰਜ ਚਿੰਨ ਤੇ ਉਹਨਾਂ ਦੀਆਂ ਕੌਮਾਂ ਦੇ ਉਹਨਾਂ ਦੇ ਹੀ ਵਾਰਸਾਂ ਸੀ ਵੀ ਇਹ ਜੱਟਾਂ ਦੇ ਟਰੈਕਟਰ ਨਹੀਂ 10-10 ਲੱਖ ਦੇ ਜਾ ਜਾਈ ਰਾਹ ਕਾਹਦੇ ਮੰਨ ਕਰੂਗਾ ਉਹ ਅੱਗੇ ਕੀਤੇ ਸੀਗੇ ਇਹ ਹੁਣ ਵੀ ਤੋੜ ਕੇ ਹੀ ਜਾਵਾਂਗੇ। ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਨਾਲ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਹੁਣ ਜੇ ਸਿੱਕੇ ਨਾਲ ਇੱਥੇ ਇੱਕ ਬਰਾਤ ਦਾ ਦ੍ਰਿਸ਼ ਦਿਖਾਇਆ ਜਾ ਰਿਹਾ ਹੈ, ਇਹ ਵੀ ਇੱਕ ਵਿਰੋਧ ਦਾ ਤਰੀਕਾ ਹੈ। ਜੋ ਅੱਜ ਇੱਥੇ ਲਾੜਾ ਬਣੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਦੀ ਆਵਾਜ਼ ਜਿਹੜੀ ਹੈ ਕੇਂਦਰ ਸਰਕਾਰ ਤੱਕ ਪਹੁੰਚੇਗੀ। ਮੈਂ ਜਿਵੇਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਅਲੱਗ-ਅਲੱਗ ਤਰੀਕਿਆਂ ਦੇ ਨਾਲ ਅਲੱਗ-ਅਲੱਗ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਤਾਂ ਪਾ ਰਹੇ ਨੇ ਪਰ ਆਪਣਾ ਵਿਰੋਧ ਵੀ ਦਰਜ ਕਰਾ ਰਹੇ ਨੇ। ਬਾਈ ਵੀ ਪਹਿਲਾਂ ਸਵਾਲ ਇਹੀ ਹੈ ਕਿ ਤੁਸੀਂ ਲਾੜਾ ਬਣੇ ਹੋ ਕਿਹਦੇ ਲਾੜਾ ਬਣੇ ਹੋ ਅੱਜ? ਇਹ ਮੋਦੀ ਦੇ ਮੋਦੀ ਦੀ ਜਿਹੜੀ ਉਹ ਕੁੜੀ ਕੰਗਣਾ ਬਣਾਈ ਜਿਹੜੀ ਉਹਦਾ ਜੀ ਅਜੇ ਕੰਗਣਾ ਦਿਓ ਹਾਂਜੀ ਕੰਗਣਾ ਜਿਸ ਤਰ੍ਹਾਂ ਉਹਨਾਂ ਨੇ ਹੁਣ ਗੱਲ ਕੀਤੀ ਸੀ ਬੇਬੇ ਬਾਰੇ ਬੋਲੇ ਸੀ ਪੂਰਾ ਪੰਜਾਬ ਦੇ ਵਿੱਚ ਚੀਨ ਨੂੰ ਲੈ ਕੇ ਰੋਸ ਹੈਗਾ। ਲੱਗਦਾ ਹਲੇ ਵੀ ਰੋਸ ਖਤਮ ਹੋ ਗਿਆ ਕਿ ਚੱਲੂਗਾ ਹਲੇ ਵੀ? ਨਹੀਂ ਵੀਰ ਜੀ, ਇਹ ਰੋਸ ਉਹਨਾਂ ਚਿਰ ਚੱਲੂ ਜਿੰਨਾ ਚਿਰ ਉਹ ਕਾਲੇ ਕਾਨੂੰਨ ਜਿਹੜੇ ਉਹਨੇ ਪਾਸ ਕੀਤੇ ਹੋਏ ਰੱਦ ਨਹੀਂ ਕਰਦਾ ਤੇ ਕੰਗਣਾ ਮਾਫੀ ਨਹੀਂ ਮੰਗਦੀ ਲਾਈਵ ਹੋ ਗਈ। ਪਰ ਲੱਗਦਾ ਜਿਸ ਤਰ੍ਹਾਂ ਦੀ ਸਹਿਦਾ ਬੰਨੇ ਅੱਜ ਤੁਹਾਡੀ ਇਹ ਗੱਲ ਕੇਂਦਰ ਤੱਕ ਪਹੁੰਚੇਗੀ ਸਰਕਾਰ ਮੰਨੇਗੀ? ਪਹੁੰਚਣੀ ਚਾਹੀਦੀ ਹੈ ਜੀ ਸਰਕਾਰ ਨੂੰ ਮੰਨਣਾ ਪਊਗਾ ਕੋਈ 100-50 ਨਹੀਂਗਾ ਲੱਖਾਂ ਦਾ ਘਾਟਾ ਜੀ। ਹੁਣ ਜੇ ਬਰਾਤ ਲੈ ਕੇ ਕਿੱਥੇ ਚੱਲਣੇ ਹੋ ਫਿਰ? ਸਤਿ ਸ੍ਰੀ ਅਕਾਲ। ਬਰਾਤ ਕਿੱਥੇ ਲੈ ਕੇ ਚੱਲਣੇ ਹੋ? ਮੋਦੀ ਦੇ ਘਰੇ ਹੀ। ਮੋਦੀ ਦੇ ਘਰ ਤੱਕ ਜਾਵਾਂਗੇ ਜੀ। ਜੇ ਮੋਦੀ ਘਰ ਤੱਕ ਜਾਓਗੇ ਜੀ ਦੱਸੇ ਪੁਲਿਸ ਵਾਲਾਂ ਰੋਕਿਆ? ਕੋਈ ਚੱਕਰ ਨਹੀਂ, ਪੁਲਿਸ ਵਾਲੇ ਵੀ ਸਾਡੇ ਆਪ ਤੇ ਹੀ ਹੈ ਜੀ ਉਹ ਵੀ ਤਾਂ ਅਕਸਰ ਜੇ ਮੰਨਿਆ ਜਾਵੇ ਕਾਨੂੰਨ ਤਾਂ ਉਹਨਾਂ ਤੇ ਵੀ ਲਾਗੂ ਹੋਏ ਹੀ ਆ। ਵੈਸੇ ਅੱਗੋਂ ਪੂਰੀਆਂ ਮਿਲਣੀਆਂ ਕਰਾਉਣ ਨੂੰ ਤਿਆਰ ਆ ਜੀ, ਮਿਲਣੀਆਂ ਮੁੱਲੀਆਂ ਕਰਾਉਣ ਨੂੰ ਤਿਆਰ ਆ। ਅੜੇ ਦੀ ਕਿੰਨੀਆਂ ਮਿਲਣੀਆਂ ਕਰਾਣੀਆਂ ਅੱਗੇ ਜਾ ਕੇ? ਘੱਟੋ ਘੱਟ 6-7 ਲੱਖ ਪੰਜਾਬ ਤੋਂ ਇੱਥੇ ਆਇਆ, ਹਰਿਆਣੇ ਤੋਂ ਵੀ ਆਇਆ ਤੇ ਹੁਣ ਅਸੀਂ ਡਿਸਾਈਡ ਕਰਦੇ ਹਾਂ ਕਿੰਨੀਆਂ ਕੁ ਕਰਵਾਉਣੀਆਂ ਅੱਗੇ ਜਾ ਕੇ ਮਿਲਣੀਆਂ ਜਿਹੜੀ ਕਰਾਣੀਆਂ। ਹਾਂ ਬਿਲਕੁਲ ਕਰਾਵਾਂਗੇ ਜੀ। ਕਿੰਨੇ ਬਰਾਤੀ ਨਾਲ ਆਏ ਨੇ ਪਿੱਛੇ? ਹੋਏਗਾ ਕੋਈ 3-4 ਲੱਖ ਹੈਗਾ ਪਿੱਛੇ ਬਰਾਤੀ। ਹਾਂ ਟੋਟਲ ਮਤਲਬ ਜਿਹੜੇ ਇੱਥੇ ਬੈਠੇ ਆ 3-4 ਲੱਖ ਕਹਿੰਦੇ ਨੇ ਵੀ ਇਹਦਾ ਕੰਨ ਕੰਗਣਾ ਨੂੰ ਵਿਆਹ ਚੱਲੇ ਆ ਅਸੀਂ। ਹਾਂਜੀ ਵਿਆਹ ਨੂੰ ਚੱਲੇ ਆ, ਬਿਲਕੁਲ ਵਿਆਹ ਨੂੰ ਚੱਲੇ ਆ। ਤਾਂ ਲੱਗਦਾ ਲੈ ਵਿਰੋਧ ਖਤਮ ਨਹੀਂ ਹੋਇਆ ਕੰਗਣਾ ਦਾ? ਨਹੀਂ ਨਹੀਂ ਵਿਆਹਾਂਗੇ ਜ਼ਰੂਰ, ਵਿਰੋਧ ਤਾਂ ਨਹੀਂ, ਵਿਆਹ ਤੋਂ ਬਾਅਦ ਫਿਰ ਉਹ ਬਣ ਜਾਂਦਾ ਨਾ ਰਿਸ਼ਤਾ ਬਣ ਜਾਂਦਾ, ਫਿਰ ਵਿਰੋਧ ਖਤਮ ਹੋ ਜਾਂਦਾ ਵਾ। ਤੇ ਹੁਣ ਜਦੋਂ ਵਿਆਹ ਲਾਂਗੇ ਉਹਨੂੰ ਤੇ ਉਦੋਂ ਬਾਅਦ ਥੋੜਾ ਸਾਡਾ ਵਿਰੋਧ ਘੱਟ ਜਾਊਗਾ ਤੇ ਫਿਰ ਮੋਦੀ ਵੀ ਬਣ ਜਾਊਗਾ। ਨੈਸ਼ਨਲ ਮੀਡੀਆ ਖਬਰਾਂ ਦਿਖਾ ਰਿਹਾ ਕਿ ਜਿਹੜੇ ਕਿਸਾਨ ਉਸ ਨੱਚੀ ਜਾਂਦੇ ਨੇ ਵੀ ਨੱਚ ਕੇ ਵੀ ਕੋਈ ਵਿਰੋਧ ਕਰਦਾ? ਨਹੀਂ ਹੋਰ ਅਸੀਂ ਰੋਣ ਬੈ ਜੀ ਇੱਕ ਸਾਡੇ ਦਾ ਜਿਹੜਾ ਸੰਘਰਸ਼ ਸੀਗਾ ਸਾਡੇ ਖਾਲਸਾ ਸੰਘਰਸ਼ ਹੈ ਤਾਂ ਘੋੜਿਆਂ ਦੀਆਂ ਕਾਠੀਆਂ ਤੇ ਬਹਿ ਕੇ ਆਪਦਾ ਨਹਿਰਾਂ ਦੇ ਵਿੱਚ ਡੁੱਬਕੀਆਂ ਲਾ ਕੇ ਅਸੀਂ ਆਪਦਾ ਤਿਆਰ ਸ਼ਹਿਰ ਹੋ ਜੀਦਾ ਸੀਗਾ ਤੇ ਜੰਗਾਂ ਲੜੀਦੀਆਂ ਸੀ, ਸਾਨੂੰ ਕੋਈ ਪਰਵਾਹ ਨਹੀਂ। ਅਸੀਂ ਤਾਂ ਤੱਤੀਆਂ ਤਵੀਆਂ ਦੇ ਬਹਿ ਕੇ ਵੀ ਹੱਸਦੇ ਖੇਡਦੇ ਸੀ, ਸ਼ੀਧੀਆਂ ਪਾਈਆਂ ਤੇ ਅਸੀਂ ਇੱਥੇ ਵੀ ਜਿਹੜੇ ਬਿੱਲ ਵਾਪਸ ਕਰਾਉਣੇ ਹੱਸਦੇ ਖੇਡਦੇ ਕਰਾਉਣੇ ਆ, ਹੁਣ ਇਹ ਤਾਂ ਨਹੀਂ ਵੀ ਅਸੀਂ ਰੋਣ ਬਹਿ ਜੀ ਇੱਥੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਿਵੇਂ ਪਹਿਲੇ ਕਿਹਾ ਕਿ ਨੈਸ਼ਨਲ ਮੀਡੀਆ ਗੱਲ ਕਰ ਰਿਹਾ ਕਿ ਕਿਸਾਨ ਭੰਗੜੇ ਪਾਈ ਜਾਂਦੇ ਨੇ, ਵੱਡੇ ਵੱਡੇ ਟਰਾਲੀਆਂ ਦੇ ਇਹਨਾਂ ਨੇ ਸਪੀਕਰ ਲਗਾ ਕੇ ਨੱਚੀ ਜਾਂਦੇ ਨੇ, ਇਹ ਕਿਹੜਾ ਤਰੀਕਾ ਵਿਰੋਧ ਕਰਨ ਦਾ? ਇਹ ਦੇਖੋ ਜੀ, ਇਹ ਜਿਹੜਾ ਪੰਜਾਬ ਆ ਹੱਸਦਾ ਵੱਸਦਾ ਪੰਜਾਬ ਆ, ਗੁਰੂਆਂ ਦੀ ਧਰਤੀ ਆ, ਉੱਥੇ ਸਦਾ ਹੀ ਖੁਸ਼ੀ ਮਿਲੂ, ਹਰ ਇੱਕ ਦੇ ਚਿਹਰੇ ਤੇ ਖੁਸ਼ੀ ਮਿਲੂ, ਭਾਵੇਂ ਸਾਡੇ ਵਿਰੋਧ ਆ ਕੋਈ ਤੇ ਭਾਵੇਂ ਸਾਡੇ ਕੋਈ ਹੱਕਾਂ 'ਚ ਆ, ਜਦੋਂ ਵੀ ਦੇਖੋਗੇ ਤੁਸੀਂ ਪੰਜਾਬ ਹੱਸਦਾ ਹੀ ਮਿਲੂ, ਜਿੱਥੇ ਵੀ ਦੇਖ ਲਿਓ ਮਰਜ਼ੀ, ਬਾਹਰਲੀਆਂ ਕੰਟਰੀਆਂ 'ਚ ਵੀ ਦੇਖ ਲਿਓ ਹੱਸਦਾ ਪੰਜਾਬ ਹੀ ਮਿਲੂਗਾ ਜੀ। ਇਹ ਗੁਰੂਆਂ ਦੀ ਧਰਤੀ ਆ ਜੀ।
जो बिल है इस समय बिल विरोध जो किसान इतने है खड़े हुए हैं डटे हुए हैं तो लगता है कि जो नैशनल मीडिया एक छवि दिखा रहा है ये छवि भी खराब होएगी जाके पंजाबियों की। देखो भी बरात भी कढ़ रहे हैं जाके भंगड़े भी पा रहे हैं जागो भी कढ़ रहे हैं जैसे कि पूरा विआह का प्रबंध किया है। हाँ जी ये जो नैशनल मीडिया जी तुम गल करते गोदी मीडिया मोदी के खरीदे हुए है जी सारे चैनल इन्हों का पुट्ठा दिखाना ही दिखाना वा जी जो मर्जी दिखा देने जो मर्जी दिखा देने तो बहाना चाहिए बह के जाप भी चलता सवेरे इतने अपना पाठ भी चलता सारा दिन कीर्तन चलता वा वो चीज़ नहीं विखाएंगे ये तो पर फिर असं क्या भी शायद भी ये साडा तरीका विखा दे भी लोगों तक साडा मैसेज पहुँच जाए भी किसी भी तरीके पहुँच जाए मैसेज साडा सानू भी चंगा लगा मैसेज एक भी कंगना ब्याह लियाइए तो लगता जो पंजाब के कंगना की गल की बॉलीवुड की गल की है लगता कि बॉलीवुड स्टैंड करता हूँ किसानों के नाल नहीं बॉलीवुड का कोई पता नहीं जी अजे तक कोई बॉलीवुड के हक के कोई नहीं आया सारे न्यूट्रल ही है इस टाइम तो बाकी देखो जी अगे कोई हक चाहता तो हजे तक तो कोई हक चाहता वेख्या नहीं गा जी। जी प्रियंका चोपड़ा ने ट्वीट की है भी किसानों के जोड़े जो भी किसान मंगते उन्होंने दे देना चाहिए असं आपके हक मंगन ले आए हैं असं कोई इतने कोई कहे ना लड़न भिड़न नहीं आए कोई फालतू गल नहीं आए असं तो सिर्फ अपने हकों लिए इतने खड़े हैं जी इन्होंने समझा भी पंजाबी कितने ऊँच तुरे फिरते चलो जी कर दो बिल लागू इन्हों पता नहीं जंगलों रहने वाली कौमों ने पंगा लिया इन्होंने तुम्हें उन्होंने सैदा बन के आए कदम पता सैदा बन के जा रहे हो अगे। हाँ जी हाँ जी बिल्कुल जी करते ने फिर कह भी सैदा बन लो। हाँ जी हाँ जी परिवार के परिवार इतने ने जी साढ़े परिवार इतने बैठे। हाँ जी हाँ जी सा सारा परिवार ही है जी साढ़े सारे भरा ही है जी माँ बाप साढ़े हरियाणा भी परिवार ही आ हरियाणा भी सा परिवार ही है संभालो। हाँ जी जरूर भाई एक मिनट में लंडन चल गया जी शहीद ऊधम सिंह गला लंडन जाकर डवैर मार आया उन्होंने मुल्क जो कोई आने जाने का साधन नहीं अज सारा हिंदुस्तान जरा गाड़ी मोदी कोई चीज नहीं है भगत सिंह राजगुरु तो सुखदेव तीन बंदे जेने अपनी जित जित गए राजगुरु सुखदेव तीन बंदे जित गए तो जोड़ा हैगा सी जो पहला ना लिया वो कला जित गया असी तो फिर समुचा हिंदुस्तान है साढ़े गाड़ी मोदी हर जाएगा अं जिता तो लगता कि ये विरोध जो दर्ज करा रहे हो जित होएगी इतने किसानों की जित पक्की है जी लैके दिने जित पक्की है जो मर्जी देख लियो इतों किसान जित के जाएंगे जिन्ना चर जित दे साडे डेरे इतें ही आ जे जित के जाके भंगड़े पहन गए मैं जित के हाँ जी भंगड़े पाते जावे भंगड़े पाते आए हैं भंगड़े ही पाते जावे आ देख लो किसी के मूँह से दस ही है कि सारे हसते हैं देख लो ये हसना पंजाब हसते पंजाब में यही दवाना चाहते थे कि बिल थोप दी जाके किसान बैठ रहे एक सबद इम्तिहान लेना चाहती सरकार भी किसानों का भी देखना कद तक ठंड च बैठते हैं ठंड की कड़ी गल आई साढ़े चार चार साल छे छे साल नौ नौ साल साहबजादे ठंडे बुरज चिणते उन्होंने कौमों के उन्होंने ही वारसा से भी चाह पानी ठंडा होगा जान दो यार चाह पानी किन्ने बनाया के खट्टड़ रोकदा सीरा कहिंदा भी अहीं थोड़ा त्राज सीगा भी अहीं कंगना नहीं व्याह देनी ते फिर हुण असीं तोड़ के राह ते आ गए आं अगे लख रे जा एक मिनट ये जटा ट्रैक्टर नहीं दस दस लाख जहाज आई राह कहने मन करू वो अगे किते सीगे हुण भी तोड़ के जावांगे पंजाब नूं गुलाम करना चाहुंदे सीगे जी मेन जिहड़ी गल आ भी पंजाब अज तक कदे गुलाम रहा नहीं ते ना ही पंजाब ने कदे गुलाम होना वा ठीक है जी ये यूपी बिहार वाले पासे इन्होंने बिल लागू करके वेख लिया आपदे इन्हां दा नहीं विरोध होया इन्हां नूं सीगा भी शायद करोना काल दे विच भी असीं आपदे बिल लागू करा लवांगे बिल लागू करा लवांगे पर जो करोना का इन्हों का बहाना सीगा जो भी सीगा इन्होंने जो ह्यूमर फैलाया सीगा वो सब इत्थे लोगों ने इकट्ठे होकर विखा दिता भी कोई करोना शरोना सानू आपदियां जमीनां प्यारियां ने जे साडियां जमीनां रहणगियां ते असी आ सानू करोना नहीं मार सकदा जे साडियां जमीनां होणगियां सानू करोना नहीं मार सकदा जो तुसीं देखिया कि अलग अलग विरोध का तरीका हैगा कि असी इस समय मौजूद हैगे सिंगो बॉर्डर के उत्ते अलग अलग तरीके नाल अपना विरोध जिहड़ा दर्ज करा रहे ने हुण किसानों का सबदा इम्तिहान भी लै दी है सरकार मीटिंगा करती रद्द कर दी है मीटिंगा कोई सिट्टा नहीं निकलता हुण देखांगे ये विरोध का तरीका जिहड़ा इन्हें दर्ज करवाया ये जिहड़ी गूंज है जां ये गल जिहड़ी है वह केंद्र सरकार तक पहुँचेगी ये समां दसूगा।